ਵੀਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਇਹ ਪਿੰਡ ਹੈਗਾ ਜੀ ਢੈਪੀ, ਪੱਖੋਵਾਲ ਰੋਡ 'ਤੇ ਜੀ। ਲੁਧਿਆਣਾ ਤੋਂ ਜਦੋਂ ਆਪਾਂ ਰੈਕੋਟ ਨੂੰ ਜਾਂਦੇ ਹਾਂ, ਪੱਖੋਵਾਲ ਰੋਡ 'ਤੇ ਸਰਾਭੇ ਤੋਂ ਪਹਿਲਾਂ ਪਿੰਡ ਆਉਂਦਾ ਜੀ ਢੈਪੀ ਨਹਿਰ ਦੇ ਉੱਤੇ। ਅਤੇ ਢੈਪੀ ਦਾ ਇਹ ਪਰਿਵਾਰ ਆ ਜੀ, ਇਹ ਹੈਗਾ ਮਾਨਕ ਸਿੰਘ, ਕੁਲਦੀਪ ਸਿੰਘ। ਇਹਨਾਂ ਦੀ ਨਿਗਾਹ ਬਾਈ ਜੀ ਬਿਲਕੁਲ ਜਾ ਚੁੱਕੀ ਆ, ਔਰ ਡਾਕਟਰਾਂ ਨੇ ਇਹਨਾਂ ਨੂੰ ਮਨ੍ਹਾ ਕਰਤਾ ਹੋਇਆ ਕਿ ਇਹਨਾਂ ਦੀ ਨਿਗਾਹ ਬਿਲਕੁਲ ਬਣਨੀ ਨਹੀਂ ਹੈਗੀ ਹੈ, ਔਰ ਇਹਨਾਂ 'ਤੇ ਖਰਚਾ ਜਿੰਨਾ ਪਰਿਵਾਰ ਨੇ ਕਰਨਾ ਸੀਗਾ ਸਾਰਾ ਖਰਚਾ ਕਰ ਦਿੱਤਾ ਹੋਇਆ। ਔਰ ਇਹ ਹੈਗੇ ਇਹਨਾਂ ਦੇ ਛੋਟੇ ਭਰਾ ਗੁਰਪ੍ਰੀਤ ਸਿੰਘ ਜੀ, ਔਰ ਇਹਨਾਂ ਦੀ ਨਿਗਾਹ ਵੀ ਬਿਲਕੁਲ ਜਾ ਚੁੱਕੀ ਹੈ ਜੀ, ਇਹਨਾਂ ਨੂੰ ਬਿਲਕੁਲ ਨਹੀਂ ਦਿਖਦਾ ਹੈਗਾ। ਇਹਨਾਂ ਦਾ ਸਿਰਫ ਇੰਨਾ ਹੈਗਾ ਵਾ ਕਿ ਡਾਕਟਰਾਂ ਨੇ ਇਹਨਾਂ ਨੂੰ ਕਿਹਾ ਵੀ ਇਹਨਾਂ ਦਾ ਇਲਾਜ ਹੋ ਸਕਦਾ। ਔਰ ਨੰਬਰ 3 'ਤੇ ਆਉਂਦੇ ਆ ਜੀ ਪਰਿਵਾਰ ਦੇ ਮੇਨ ਮੈਂਬਰ ਭਾਲਾ ਸਿੰਘ ਜੀ, ਔਰ ਇਹ ਪਰਿਵਾਰ ਦੇ ਮੁਖੀ ਸੀਗੇ, ਜਿਨ੍ਹਾਂ ਨਾਲ ਕਿ ਪਰਿਵਾਰ ਦਾ ਸਾਰਾ ਖਰਚਾ ਚੱਲਦਾ ਸੀਗਾ, ਔਰ ਖਰਚ ਇਹੀ ਸਾਰਾ ਕੁਝ ਚਲਾਉਂਦੇ ਸੀਗੇ, ਨਾਲ ਦੋਨੇ ਹੈਲਪ ਕਰਦੇ ਸੀ। ਉਹ ਦੋਨੇ ਮੁੰਡੇ ਹੀ ਬਹਿ ਗਏ ਹੋਏ ਆ, ਪਲੱਸ ਇਹਨਾਂ ਦੇ ਦਿਲ ਦੀ ਧੜਕਣ ਵਧਣ ਕਰਕੇ ਇਹਨਾਂ ਦੇ ਆ ਡੱਬੀ ਪਾਈ ਹੋਈ ਹੈ ਜੀ, ਇਹ ਦੇਖੋ ਆਹ ਵਿੱਚੋਂ ਰਾਹ ਨਿਕਲ ਰਹੀ ਹੈ ਜੀ। ਔਰ ਬਹੁਤ ਹੀ ਦੁੱਖ ਵਾਲੀ ਗੱਲ ਆ ਕਿ ਇਹਨਾਂ ਨੂੰ ਪੇਨ, ਇਹਨਾਂ ਨੂੰ ਹੀ ਪਤਾ ਕਿ ਜਿਹੜੀ ਇਹਨਾਂ ਨੂੰ ਪੇਨ ਹੋ ਰਹੀ ਹੈ, ਕਿਉਂਕਿ ਜਿਸ ਤਰ੍ਹਾਂ ਲੱਗੀਆਂ ਸੋਈ, ਜਾਣਨ ਕੌਣ ਜਾਣੇ ਪੀੜ ਪਰਾਈ ਵਾਲੀ ਗੱਲ ਆ ਬਾਈ ਜੀ। ਇਹਨਾਂ ਦੇ ਦੁੱਖ ਦਾ ਇਹਨਾਂ ਨੂੰ ਹੀ ਪਤਾ, ਔਰ ਇੰਨੀ ਕੁ ਤਕਲੀਫ ਹੁੰਦੀ ਆ ਕਿ ਕਿਤੇ ਜਾਣ ਕੇ ਨੇ ਪੈਸੇ ਨਾ ਹੋਣ ਕਰਕੇ, ਔਰ ਬਹੁਤ ਅਸਮਰੱਥ ਨੇ ਇਹ। ਔਰ ਆਪਣੀ ਤੁਹਾਡੇ ਅੱਗੇ ਬੇਨਤੀ ਹੈ ਕਿ ਜੇਕਰ ਵੀ ਕਿਸੇ ਵੀ ਵੀਰ ਭਾਈ ਭੈਣ ਕੋਲ ਇਹ ਵੀਡੀਓ ਪਹੁੰਚ ਰਹੀ ਆ, ਤਾਂ ਤੁਹਾਡਾ ਫਰਜ਼ ਬਣਦਾ ਵਾ ਕਿ ਤੁਸੀਂ ਘੱਟ ਤੋਂ ਘੱਟ ਸ਼ੇਅਰ ਤਾਂ ਜ਼ਰੂਰ ਕਰ ਹੀ ਸਕਦੇ ਹੋ ਜੀ। ਔਰ ਪਰਮਾਤਮਾ ਕੰਨਿਓ, ਜਿਹਨੇ ਹੈਲਪ ਕਰਾਉਣੀ ਆ ਉਹਨੇ ਆਪਣੇ ਆਪ ਹੀ ਕੰਟੈਕਟ 'ਤੇ ਆ ਕੇ ਫੋਨ ਕਰਕੇ ਇਹਨਾਂ ਦੀ ਹੈਲਪ ਕਰ ਸਕਦੇ ਨੇ। ਔਰ ਬਾਈ ਜੀ, ਤੁਸੀਂ ਕੁਛ ਦੱਸੋਗੇ ਇਹਨਾਂ ਬਾਰੇ, ਜਦੋਂ ਤੁਹਾਡੇ ਹੋਏ ਸੀ ਤਾਂ ਤੁਹਾਨੂੰ ਕਿੰਨੀ ਕੁ ਤਕਲੀਫ ਔਰ ਕਿੰਨਾ ਕੁ ਖਰਚਾ ਹੋਇਆ ਸੀ? ਉਦੋਂ ਬੈਡੀ ਭਾਈ ਜੱਪਰਿਆ ਵਾ 1,25,000 ਰੁਪਇਆ ਲੱਗਿਆ। ਅੱਛਾ ਜੀ, ਹੁਣ ਇਸ ਤੋਂ ਬਾਅਦ ਪਰਿਵਾਰ ਦਾ ਖਰਚਾ ਕਿਵੇਂ ਚੱਲਦਾ ਜੀ ਫਿਰ? ਕੋਈ ਨੀ, ਰੋਵੋ ਨਾ ਤੁਸੀਂ, ਠੀਕ ਆ, ਬਹੁਤ ਦਾਨੀ ਸੱਜਣ ਬੈਠੇ ਆ, ਕੋਈ ਰੋਣਾ ਨਹੀਂ ਹੈ, ਕੋਈ ਤੁਹਾਨੂੰ ਰੋਣ ਵਾਲੀ ਇਹ 'ਚ ਕੋਈ ਗੱਲ ਨਹੀਂ ਹੈ, ਪਰਮਾਤਮਾ ਸਾਰਿਆਂ ਦਾ ਸਾਥ ਦਿੰਦਾ, ਠੀਕ ਆ ਜੀ। ਸਾਨੂੰ ਪਤਾ ਲੱਗਿਆ ਤਾਂ ਅਸੀਂ ਤੁਹਾਡੇ ਕੋਲ ਆਏ ਹਾਂ, ਘਬਰਾਉਣ ਦੀ ਕੋਈ ਗੱਲ ਨਹੀਂ ਹੈ, ਦੋਨੇ ਬੱਚਿਆਂ ਦਾ ਇਲਾਜ ਪਰਮਾਤਮਾ ਕੰਨਿਓ ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਦਾ ਹੋ ਜਾਵੇ। ਸਾਤੋਂ ਜਿੰਨੀ ਬਾਈ ਜੀ ਹੈਲਪ ਹੋ ਸਕੀ ਅਸੀਂ ਕਰ ਦਿੱਤੀ ਹੋਈ ਆ, ਔਰ ਸਾਤੋਂ ਜੋ ਹੋਊ ਵੀ ਅਸੀਂ ਉਹ ਵੀ ਕਰਾਂਗੇ। ਔਰ ਸਾਡਾ ਸਾਰਿਆਂ ਅੱਗੇ ਹੱਥ ਬੰਨ ਕੇ ਬੇਨਤੀ ਹੈ ਜੀ ਕਿ ਇਹਨਾਂ ਦਾ ਜੇ ਵੀ ਤੁਸੀਂ ਕਮ ਸੇ ਕਮ ਜੇਕਰ ਤੁਸੀਂ ਨਹੀਂ ਕੁਛ ਵੀ ਕਰ ਸਕਦੇ ਤਾਂ ਵੀਡੀਓ ਜ਼ਰੂਰ ਸ਼ੇਅਰ ਕਰੋ, ਕਿਉਂਕਿ ਪਰਮਾਤਮਾ ਨੇ ਜੀ ਤੋਂ ਸੇਵਾ ਲੈਣੀ ਆ ਉਹ ਤੋਂ ਲੈਣੀ ਹੀ ਆ। ਔਰ ਇਹਨਾਂ ਦਾ ਜਿਹੜਾ ਮਤਲਬ ਪਰਿਵਾਰ ਦਾ, ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦਾ ਗੁਜ਼ਾਰਾ ਚੱਲ ਸਕੇ, ਔਰ ਸਾਰੇ ਪਰਿਵਾਰ ਦੀ, ਜਿਵੇਂ ਹੁਣ ਇਹ ਛੋਟਾ ਭਰਾ ਵਾ ਇਹਦੀ ਨਿਗਾਹ ਠੀਕ ਹੋ ਸਕਦੀ ਆ, ਔਰ ਇਹਨਾਂ ਹੀ ਡਾਕਟਰ ਨੇ ਮਨ੍ਹਾ ਕਰ ਦਿੱਤਾ, ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦਾ ਵੀ ਇਲਾਜ ਕਰਵਾਇਆ ਸਕੇ। ਆਹ ਆਂਟੀ ਜੀ ਬੈਠੇ ਨੇ, ਇਹਨਾਂ ਨੂੰ ਪਰਿਵਾਰ ਦਾ ਹੁਣ ਇਹ ਖਰਚਾ ਚਲਾ ਰਹੇ ਨੇ ਕਿਵੇਂ ਨਾ ਕਿਵੇਂ ਕਰਕੇ, ਅਤੇ ਹੁਣ ਤੁਸੀਂ ਦੇਖੋ ਵੀ ਇਹ ਪਰਿਵਾਰ ਦਾ ਜਿਵੇਂ ਵੀ ਆਪਾਂ ਹੈਲਪ ਕਰ ਸਕਦੇ ਹਾਂ ਪਲੀਜ਼ ਜ਼ਰੂਰ ਕੀਤੀ ਜਾਵੇ। ਬਾਈ ਜੀ ਇੱਕ ਨੰਬਰ ਤੁਸੀਂ ਨੋਟ ਕਰੋ ਪਲੀਜ਼, ਇਹ ਬਾਈ ਜੀ ਨੰਬਰ ਹੈ 9914622540। ਇਹ ਤੋਂ ਤੁਸੀਂ ਜਦੋਂ ਵੀ ਮਰਜ਼ੀ ਐਨੀ ਟਾਈਮ ਕਾਲ ਕਰਕੇ ਪਤਾ ਕਰ ਸਕਦੇ ਹੋ। ਇਹਨਾਂ ਦੇ ਨੰਬਰ ਇੱਕ ਜਿਹੜੇ ਹੈਗਾ ਉਹ ਕਦੇ ਇੱਕ ਚੱਲ ਰਿਹਾ ਕਦੇ ਨਹੀਂ ਚੱਲ ਰਿਹਾ, ਇਸ ਕਰਕੇ ਇਹ ਨੰਬਰ ਤੁਹਾਨੂੰ ਦਿੱਤਾ ਤਾਂ ਤੁਸੀਂ ਇਹ 'ਤੇ ਕੰਟੈਕਟ ਕਰਕੇ ਜਦੋਂ ਮਰਜ਼ੀ ਆਪਣੇ ਆਪ ਪਰਿਵਾਰ ਕੋਲ ਤੁਸੀਂ ਪਹੁੰਚੋ, ਔਰ ਇਹਨਾਂ ਦੀ ਪਲੀਜ਼ ਹੈਲਪ ਕਰੋ। ਸੋ ਵੀਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।